ਇੱਕ ਤੇਜ਼ ਰਫ਼ਤਾਰ ਟਰਾਲਾ ਟੋਲ ਪਲਾਜ਼ਾ ਦੇ ਕੋਲ ਪਲਟੀ ਹੋਇਆ। ਦੱਸ ਦਈਏ ਕਿ ਇਸ ਟੋਲ ਪਲਾਜ਼ਾ ਨੂੰ ਹਟਾਉਣ ਦੇ ਲਈ ਕਿਸਾਨਾਂ ਦੇ ਵੱਲੋਂ 40 ਦਿਨਾਂ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ। ਦਰਅਸਲ ਦੱਸਿਆ ਜਾ ਰਿਹਾ ਕਿ ਇਸ ਟੋਲ ਪਲਾਜ਼ਾ ਦੇ ਕਾਰਨ ਕਈ ਵੱਡੇ ਹਾਦਸੇ ਇੱਥੇ ਵਾਪਰੇ ਨੇ, ਜਿਹੜੀ ਮੰਗ ਨੂੰ ਲੈ ਕੇ ਇਹ ਕਿਸਾਨਾਂ ਦੇ ਵੱਲੋਂ 40 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ। ਪਰ ਬੀਤੀ ਰਾਤ ਦੱਸਿਆ ਜਾ ਰਿਹਾ ਕਿ ਬਿਲਕੁਲ ਧਰਨੇ ਦੇ ਕੋਲ ਹੀ ਇੱਕ ਤੇਜ਼ ਰਫ਼ਤਾਰ ਟਰਾਲਾ ਪਲਟੀ ਹੋ ਗਿਆ, ਜੋ ਕਿ ਸਮਾਨ ਦੇ ਨਾਲ ਭਰਿਆ ਹੋਇਆ ਸੀ। ਤਾਂ ਦੱਸ ਦਈਏ ਕਿ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਟੋਲ ਪਲਾਜ਼ਾ ਦੇ ਬਿਲਕੁਲ ਨੇੜੇ ਹੀ ਇਹ ਟਰਾਲਾ ਪਲਟੀ ਹੋਇਆ। ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਿੱਛੋਂ ਤੀ ਹੀ ਇਹ ਟਰਾਲਾ ਜੋ ਹੈ ਕਾਫੀ ਰਫ਼ਤਾਰ 'ਤੇ ਆਇਆ, ਅਤੇ ਆਉਂਦੇ ਸਾਰ ਹੀ ਜੋ ਧਰਨੇ ਦੇ ਵਿੱਚ ਕਿਸਾਨ ਮੌਜੂਦ ਸੀ ਉਹਨਾਂ ਦੇ ਪਹਿਲਾਂ ਵਾਹਨਾਂ ਨੂੰ ਟੱਕਰ ਮਾਰੀ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਟਰਾਲਾ ਸਾਈਡ ਦੇ ਵਿੱਚ ਜਾ ਕੇ ਪਲਟ ਜਾਂਦਾ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਰਹਿ ਗਿਆ, ਕਿਉਂਕਿ ਨਾਲ ਹੀ ਇੱਥੇ ਪੁਲਿਸ ਮੁਲਾਜ਼ਮ ਵੀ ਡਿਊਟੀ 'ਤੇ ਤੈਨਾਤ ਸੀ ਅਤੇ ਕੁਝ ਕਿਸਾਨ ਵੀ ਧਰਨੇ ਦੇ ਉੱਤੇ ਬੈਠੇ ਸੀ। ਤਾਂ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਇਸ ਟੋਲ ਪਲਾਜ਼ਾ ਨੂੰ ਹਟਾਉਣ ਦੇ ਲਈ ਮੰਗ ਕੀਤੀ ਜਾ ਰਹੀ ਹੈ, 40 ਦਿਨਾਂ ਤੋਂ ਇੱਥੇ ਧਰਨਾ ਦਿੱਤਾ ਜਾ ਰਿਹਾ। ਤਾਂ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ, ਘੁੰਮਣ ਕਲਾਂ ਟੋਲ ਪਲਾਜ਼ਾ ਨੂੰ ਹਟਾਉਣ ਦੀ ਦੱਸਿਆ ਜਾ ਰਿਹਾ ਕਿ ਇਹ ਮੰਗ ਕੀਤੀ ਜਾ ਰਹੀ ਹੈ। ਇੱਥੇ ਹੀ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਬਿਲਕੁਲ ਨਾਲ ਹੀ ਇੱਕ ਟਰਾਲਾ ਜੋ ਹੈ ਆ ਕੇ ਪਲਟ ਜਾਂਦਾ, ਜਿਸ ਦੇ ਕਾਰਨ ਕਿਸਾਨਾਂ ਦੇ ਵਾਹਨਾਂ ਦਾ ਵੱਡਾ ਨੁਕਸਾਨ ਹੋਇਆ। ਉੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਟੋਲ ਪਲਾਜ਼ਾ ਇੱਥੋਂ ਤੋੜ ਕੇ ਹਟਾਇਆ ਨਹੀਂ ਜਾਂਦਾ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ, ਅਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਹੁਣ ਇਹ ਟਰਾਲਾ ਵੀ ਨਹੀਂ ਚੁੱਕਣ ਦਿੱਤਾ ਜਾਵੇਗਾ, ਕਿਉਂਕਿ ਦੱਸਿਆ ਜਾ ਰਿਹਾ ਕਿ ਅਜਿਹੇ ਕਈ ਹਾਦਸੇ ਇੱਥੇ ਪਹਿਲਾਂ ਵੀ ਵਾਪਰ ਚੁੱਕੇ ਨੇ। ਜਿਹੜੀ ਗੱਲ ਤੋਂ ਅਸੀਂ ਡਰਦੇ ਸੀਗੇ ਉਹੀ ਘਟਨਾ ਜਿਹੜੀ ਹੈਗੀ ਆ ਰਾਤ ਵਾਪਰ ਗਈ। ਇੱਕ ਟਰਾਲਾ ਭਰਿਆ ਹੋਇਆ ਸੀ, ਲੋਡ ਹੋਇਆ ਹੋਇਆ ਸੀਗਾ, ਉਹ ਸਾਡੇ ਉੱਤੋਂ ਦੀ ਲਿਆ ਕੇ, ਮਤਲਬ ਸਾਨੂੰ ਐਂ ਨਹੀਂ ਪਤਾ ਵੀ ਇਹ ਕੋਈ ਸਾਜ਼ਿਸ਼ ਤਹਿਤ ਆਇਆ ਕਿ ਕਿਵੇਂ ਆਇਆ, ਕੁਦਰਤੀ ਬਚਤਾਂ ਰਹਿ ਗਈਆਂ ਬੰਦਿਆਂ ਦੀਆਂ ਨਹੀਂ। ਅੱਜ ਬਹੁਤ ਵੱਡਾ ਜਿਹੜਾ ਇਹ ਨੁਕਸਾਨ ਸੀ ਜਿਹਤੋਂ ਅਸੀਂ ਡਰਦੇ ਸੀਗੇ ਉਹੀ ਘਟਨਾ ਵਾਪਰ ਜਾਣੀ ਸੀ। ਸਾਡੀਆਂ ਗੱਡੀਆਂ ਜਿਹੜੀਆਂ ਹੈਗੀਆਂ ਉਹ ਤੋੜਤੀਆਂ, ਇੱਥੇ ਸਾਡੇ ਖਾਣ ਪੀਣ ਵਾਲਾ ਜਿਹੜਾ ਸਮਾਨ ਸੀ ਉਹ ਟੁੱਟ ਗਿਆ, ਫਰਿੱਜ ਵਗੈਰਾ ਭੰਨੀ ਗਈ ਆ, ਅਤੇ ਕਹਾ ਜਾ ਕੇ ਟਰਾਲਾ ਜਿਹੜਾ ਉਹ ਪਲਟਿਆ ਪਿਆ। ਇਹ ਪ੍ਰਸ਼ਾਸਨ ਨੂੰ ਅਸੀਂ ਵਾਰ ਵਾਰ ਪੰਜਾਬ ਸਰਕਾਰ 'ਤੇ ਇੱਕ ਗੱਲ ਪਹੁੰਚਾਈ ਸੀ ਕਿ ਇਹ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੋਇਆ, ਇੱਥੇ ਬਹੁਤ ਸਾਰੇ ਪਹਿਲਾਂ ਵੀ ਐਕਸੀਡੈਂਟ ਹੋਏ ਨੇ, ਹੁਣ ਵੀ ਜਿਹੜੇ ਸਾਡੇ ਇੱਥੇ ਬੈਠਿਆ ਤੋਂ ਲਗਾਤਾਰ ਜਿਹੜੇ ਹੈਗੇ ਆ ਐਕਸੀਡੈਂਟ ਹੋ ਰਹੇ ਆ। ਰਾਤ ਵੀ ਬਹੁਤ ਜ਼ਬਰਦਸਤ ਐਕਸੀਡੈਂਟ ਹੋਣਾ ਸੀ, ਜਿਹਦਾ ਕੁਦਰਤੀ ਪੁਲਿਸ ਮੁਲਾਜ਼ਮ ਸੀਗੇ ਮੂਹਰੇ ਬੈਠੇ, ਉਹ ਵੀ ਕੁਦਰਤੀ 5-4 ਮਿੰਟ ਪਹਿਲਾਂ ਪਾਸੇ ਗਏ ਆ, ਅਤੇ ਸਾਡੇ ਜਿਹੜੇ ਆਗੂ ਅਤੇ ਵਰਕਰ ਪਏ ਸੀਗੇ ਉਹਨਾਂ ਤੋਂ ਵੀ ਮਤਲਬ ਇਹ ਥੋੜ੍ਹਾ ਜਿਹਾ ਪਾਸਾ ਵੱਟ ਗਿਆ, ਅਤੇ ਨਹੀਂ ਤਾਂ ਸਾਡੀਆਂ ਗੱਡੀਆਂ ਨੂੰ ਭੰਨਦਾ ਹੋਇਆ ਇਹ ਟਰਾਲਾ ਜਿਹੜਾ ਸੀਗਾ ਗਾਹਾਂ ਜਾ ਕੇ ਪਲਟ ਗਿਆ। ਇਸ ਗੱਲ ਤੋਂ ਹੀ ਸਾਨੂੰ ਡਰ ਲੱਗਦਾ ਸੀ, ਅਤੇ ਇਹਨੂੰ ਹੁਣ ਐਡੀ ਛੇਤੀ ਜਿਹੜਾ ਪ੍ਰਸ਼ਾਸਨ ਆ ਹਰਕਤ ਆ ਗਿਆ, ਇਹ ਇਹਦੇ ਵਿੱਚ ਸਾਡੀ ਬਦਨਾਮੀ ਨਾ ਹੋਵੇ, ਪਤਾ ਨਾ ਲੱਗੇ ਉਹ ਟਰਾਲਾ ਜਿਹੜਾ ਹੈਗਾ ਸਾਹਮਣੇ ਪਲਟਿਆ ਪਿਆ, ਉਹਨੂੰ ਸਿੱਧਾ ਕਰਨ ਵਾਸਤੇ ਹੈਡਰਾ ਵੀ ਮਿੰਟੋ ਮਿੰਟੀ ਮੰਗਾ ਲਿਆ, ਅਤੇ ਉਹ ਸਮਾਨ ਦੂਸਰਾ ਘੋੜਾ ਲਿਆਉਣ 'ਤੇ ਆ ਕੇ ਉਹਨੂੰ ਮਤਲਬ ਵੀ ਛੇਤੀ ਤੋਂ ਛੇਤੀ ਜਿਹੜਾ ਹੈਗਾ ਇਹ ਮੁੱਦਾ ਗਾਇਬ ਕੀਤਾ ਜਾਵੇ। ਪਰ ਅਸੀਂ ਇਹ ਮੰਗ ਕਰਦੇ ਹਾਂ ਅਤੇ ਸਾਡੀ ਇਹ ਮੰਗ ਹੈ ਵੀ ਕਿ ਹੁਣ ਅਸੀਂ ਇਹਨੂੰ ਟੋਲ ਪਲਾਜ਼ੇ ਨੂੰ ਬਿਲਕੁਲ ਸਾਫ਼ ਕਰਕੇ ਜਾਵਾਂਗੇ, ਉਹਨਾਂ ਚਿਰ ਜਿਹੜਾ ਇਹ ਘੋੜਾ ਪਲਟਿਆ ਵਾ ਇਹਨੂੰ ਅਸੀਂ ਹੱਥ ਨਹੀਂ ਲਾਉਣ ਦੇਣਾ ਉਹਨਾਂ ਚੱਕਰ ਕਿਸੇ ਨੂੰ ਵੀ, ਇਹ ਘੋੜਾ ਐਂ ਰਹੂਗਾ। ਅਤੇ ਇਹਨੂੰ ਖੋਲ੍ਹ ਕੇ ਜਿਹੜੀਆਂ ਸਾਡੀਆਂ ਦੂਸਰੀਆਂ ਮੰਗਾਂ ਜਿਹੜੀਆਂ ਗੱਡੀਆਂ ਵਗੈਰਾ ਟੁੱਟੀਆਂ, ਸਾਡਾ ਨੁਕਸਾਨ ਹੋਇਆ ਉਹਦੀ ਬਾਅਦ 'ਚ ਭਰਪਾਈ ਕਰਾਂਗੇ। ਜਿਹੜਾ ਮੁੱਖ ਮੁੱਦਾ ਗਾ ਜਿਹੜਾ ਲੋਕਾਂ ਦੀ ਮੌਤ ਦਾ ਖੌਅ ਬਣਿਆ ਖੜੀ ਹੈ, ਇਹ ਖੰਡਰ ਬਣੀ ਹੋਈ ਸ਼ੈੱਡ ਆ ਵੈਲਡਿੰਗਾ, ਇਹਨੂੰ ਹਰ ਹਾਲਤ ਹਟਾਉਣਾ, ਇਹ ਬਹਾਨੇ ਨਾ ਲਾਉਣ ਹਾਈ ਕੋਰਟਾਂ ਦੇ। ਅਸੀਂ ਪਿੱਛੇ ਵੀ ਜਿਹੜਾ ਹੈਗਾ ਢੇਬੀ ਵਾਲਾ ਸਾਫ਼ ਕਰਕੇ ਆਏ ਹਾਂ ਸੜਕ, ਉੱਥੇ ਉਸ ਤੋਂ ਬਾਅਦ ਕੋਈ ਐਕਸੀਡੈਂਟ ਨਹੀਂ ਹੋਇਆ, ਇੱਥੇ ਵਾਰ ਵਾਰ ਐਕਸੀਡੈਂਟ ਹੋ ਰਹੇ ਆ। ਇਸ ਕਰਕੇ ਅਸੀਂ ਇਹਨੂੰ ਹਰ ਹਾਲਤ ਆ ਜਿਹੜਾ ਇਹਨੂੰ ਇੱਥੋਂ ਹਿਲਾ ਕੇ ਜਾਣਾ, ਇਹਨੂੰ ਪੱਟ ਕੇ ਜਾਣਾ, ਸੜਕ ਸਾਫ਼ ਕਰਕੇ ਜਾਣੀ ਆ, ਇਹੋ ਜਿਹੇ ਐਕਸੀਡੈਂਟ ਆ ਜਿਹੜੇ ਉਹ ਹੋਣ ਨਹੀਂ ਦੇਣੇ, ਇਹ ਸਾਡਾ ਤਹੱਈਆ ਕੀਤਾ ਹੋਇਆ। ਪੰਜਾਬ
ਦੀ ਮੀਟਿੰਗ ਦੇ ਵਿੱਚ ਸਾਡਾ ਇਹ ਫੈਸਲਾ ਹੋਇਆ ਜੇ ਸਰਕਾਰ ਨੇ ਨਾ ਸੁਣਿਆ ਤਾਂ ਸਾਨੂੰ ਦੋ ਜ਼ਿਲ੍ਹਿਆਂ ਤੋਂ ਅੱਗੇ ਦੂਸਰੇ ਜ਼ਿਲ੍ਹਿਆਂ ਨੂੰ ਵੀ ਸੱਦਾ ਭਾਵੇਂ ਨਾ ਦੇਣਾ ਪਵੇ, ਇਹ ਹਰ ਹਾਲਤ ਨੂੰ ਸਾਫ਼ ਕਰਕੇ ਜਾਵਾਂਗੇ। ਇੱਕ ਤੇਜ਼ ਰਫ਼ਤਾਰ ਟਰਾਲਾ ਟੋਲ ਪਲਾਜ਼ਾ ਦੇ ਕੋਲ ਪਲਟੀ ਹੋਇਆ। ਦੱਸ ਦਈਏ ਕਿ ਇਸ ਟੋਲ ਪਲਾਜ਼ਾ ਨੂੰ ਹਟਾਉਣ ਦੇ ਲਈ ਕਿਸਾਨਾਂ ਦੇ ਵੱਲੋਂ 40 ਦਿਨਾਂ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ। ਦਰਅਸਲ ਦੱਸਿਆ ਜਾ ਰਿਹਾ ਕਿ ਇਸ ਟੋਲ ਪਲਾਜ਼ਾ ਦੇ ਕਾਰਨ ਕਈ ਵੱਡੇ ਹਾਦਸੇ ਇੱਥੇ ਵਾਪਰੇ ਨੇ, ਜਿਹੜੀ ਮੰਗ ਨੂੰ ਲੈ ਕੇ ਇਹ ਕਿਸਾਨਾਂ ਦੇ ਵੱਲੋਂ 40 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ। ਪਰ ਬੀਤੀ ਰਾਤ ਦੱਸਿਆ ਜਾ ਰਿਹਾ ਕਿ ਬਿਲਕੁਲ ਧਰਨੇ ਦੇ ਕੋਲ ਹੀ ਇੱਕ ਤੇਜ਼ ਰਫ਼ਤਾਰ ਟਰਾਲਾ ਪਲਟੀ ਹੋ ਗਿਆ ਜੋ ਕਿ ਸਮਾਨ ਦੇ ਨਾਲ ਭਰਿਆ ਹੋਇਆ ਸੀ। ਤਾਂ ਦੱਸ ਦਈਏ ਕਿ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਟੋਲ ਪਲਾਜ਼ਾ ਦੇ ਬਿਲਕੁਲ ਨੇੜੇ ਹੀ ਇਹ ਟਰਾਲਾ ਪਲਟੀ ਹੋਇਆ। ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਿੱਛੋਂ ਤੀ ਹੀ ਇਹ ਟਰਾਲਾ ਜੋ ਹੈ ਕਾਫੀ ਰਫ਼ਤਾਰ 'ਤੇ ਆਇਆ ਅਤੇ ਆਉਂਦੇ ਸਾਰ ਹੀ ਜੋ ਧਰਨੇ ਦੇ ਵਿੱਚ ਕਿਸਾਨ ਮੌਜੂਦ ਸੀ ਉਹਨਾਂ ਦੇ ਪਹਿਲਾਂ ਵਾਹਨਾਂ ਨੂੰ ਟੱਕਰ ਮਾਰੀ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਟਰਾਲਾ ਸਾਈਡ ਦੇ ਵਿੱਚ ਜਾ ਕੇ ਪਲਟ ਜਾਂਦਾ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਰਹਿ ਗਿਆ, ਕਿਉਂਕਿ ਨਾਲ ਹੀ ਇੱਥੇ ਪੁਲਿਸ ਮੁਲਾਜ਼ਮ ਵੀ ਡਿਊਟੀ 'ਤੇ ਤੈਨਾਤ ਸੀ ਅਤੇ ਕੁਝ ਕਿਸਾਨ ਵੀ ਧਰਨੇ ਦੇ ਉੱਤੇ ਬੈਠੇ ਸੀ। ਤਾਂ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਇਸ ਟੋਲ ਪਲਾਜ਼ਾ ਨੂੰ ਹਟਾਉਣ ਦੇ ਲਈ ਮੰਗ ਕੀਤੀ ਜਾ ਰਹੀ ਹੈ, 40 ਦਿਨਾਂ ਤੋਂ ਇੱਥੇ ਧਰਨਾ ਦਿੱਤਾ ਜਾ ਰਿਹਾ। ਤਾਂ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ, ਘੁੰਮਣ ਕਲਾਂ ਟੋਲ ਪਲਾਜ਼ਾ ਨੂੰ ਹਟਾਉਣ ਦੀ ਦੱਸਿਆ ਜਾ ਰਿਹਾ ਕਿ ਇਹ ਮੰਗ ਕੀਤੀ ਜਾ ਰਹੀ ਹੈ, ਇੱਥੇ ਹੀ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਬਿਲਕੁਲ ਨਾਲ ਹੀ ਇੱਕ ਟਰਾਲਾ ਜੋ ਹੈ ਆ ਕੇ ਪਲਟ ਜਾਂਦਾ, ਜਿਸ ਦੇ ਕਾਰਨ ਕਿਸਾਨਾਂ ਦੇ ਵਾਹਨਾਂ ਦਾ ਵੱਡਾ ਨੁਕਸਾਨ ਹੋਇਆ। ਉੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਟੋਲ ਪਲਾਜ਼ਾ ਇੱਥੋਂ ਤੋੜ ਕੇ ਹਟਾਇਆ ਨਹੀਂ ਜਾਂਦਾ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਹੁਣ ਇਹ ਟਰਾਲਾ ਵੀ ਨਹੀਂ ਚੁੱਕਣ ਦਿੱਤਾ ਜਾਵੇਗਾ, ਕਿਉਂਕਿ ਦੱਸਿਆ ਜਾ ਰਿਹਾ ਕਿ ਅਜਿਹੇ ਕਈ ਹਾਦਸੇ ਇੱਥੇ ਪਹਿਲਾਂ ਵੀ ਵਾਪਰ ਚੁੱਕੇ ਨੇ। ਜਿਹੜੀ ਗੱਲ ਤੋਂ ਅਸੀਂ ਡਰਦੇ ਸੀਗੇ ਉਹੀ ਘਟਨਾ ਜਿਹੜੀ ਹੈਗੀ ਆ ਰਾਤ ਵਾਪਰ ਗਈ। ਇੱਕ ਟਰਾਲਾ ਭਰਿਆ ਹੋਇਆ ਸੀ, ਲੋਡ ਹੋਇਆ ਹੋਇਆ ਸੀਗਾ, ਉਹ ਸਾਡੇ ਉੱਤੋਂ ਦੀ ਲਿਆ ਕੇ, ਮਤਲਬ ਸਾਨੂੰ ਐਂ ਨਹੀਂ ਪਤਾ ਵੀ ਇਹ ਕੋਈ ਸਾਜ਼ਿਸ਼ ਤਹਿਤ ਆਇਆ ਕਿ ਕਿਵੇਂ ਆਇਆ, ਕੁਦਰਤੀ ਬਚਤਾਂ ਰਹਿ ਗਈਆਂ ਬੰਦਿਆਂ ਦੀਆਂ ਨਹੀਂ। ਅੱਜ ਬਹੁਤ ਵੱਡਾ ਜਿਹੜਾ ਇਹ ਨੁਕਸਾਨ ਸੀ ਜਿਹਤੋਂ ਅਸੀਂ ਡਰਦੇ ਸੀਗੇ ਉਹੀ ਘਟਨਾ ਵਾਪਰ ਜਾਣੀ ਸੀ। ਸਾਡੀਆਂ ਗੱਡੀਆਂ ਜਿਹੜੀਆਂ ਹੈਗੀਆਂ ਉਹ ਤੋੜਤੀਆਂ, ਇੱਥੇ ਸਾਡੇ ਖਾਣ ਪੀਣ ਵਾਲਾ ਜਿਹੜਾ ਸਮਾਨ ਸੀ ਉਹ ਟੁੱਟ ਗਿਆ, ਫਰਿੱਜ ਵਗੈਰਾ ਭੰਨੀ ਗਈ ਆ ਅਤੇ ਕਹਾਂ ਜਾ ਕੇ ਟਰਾਲਾ ਜਿਹੜਾ ਉਹ ਪਲਟਿਆ ਪਿਆ। ਇਹ ਪ੍ਰਸ਼ਾਸਨ ਨੂੰ ਅਸੀਂ ਵਾਰ ਵਾਰ ਪੰਜਾਬ ਸਰਕਾਰ 'ਤੇ ਇੱਕ ਗੱਲ ਪਹੁੰਚਾਈ ਸੀ ਕਿ ਇਹ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੋਇਆ, ਇੱਥੇ ਬਹੁਤ ਸਾਰੇ ਪਹਿਲਾਂ ਵੀ ਐਕਸੀਡੈਂਟ ਹੋਏ ਨੇ, ਹੁਣ ਵੀ ਜਿਹੜੇ ਸਾਡੇ ਇੱਥੇ ਬੈਠਿਆਂ ਤੋਂ ਲਗਾਤਾਰ ਜਿਹੜੇ ਹੈਗੇ ਆ ਐਕਸੀਡੈਂਟ ਹੋ ਰਹੇ ਆ। ਰਾਤ ਵੀ ਬਹੁਤ ਜ਼ਬਰਦਸਤ ਐਕਸੀਡੈਂਟ ਹੋਣਾ ਸੀ, ਜਿਹਦਾ ਕੁਦਰਤੀ ਪੁਲਿਸ ਮੁਲਾਜ਼ਮ ਸੀਗੇ ਮੂਹਰੇ ਬੈਠੇ, ਉਹ ਵੀ ਕੁਦਰਤੀ 5-4 ਮਿੰਟ ਪਹਿਲਾਂ ਪਾਸੇ ਗਏ ਆ ਅਤੇ ਸਾਡੇ ਜਿਹੜੇ ਆਗੂ ਅਤੇ ਵਰਕਰ ਪਏ ਸੀਗੇ ਉਹਨਾਂ ਤੋਂ ਵੀ ਮਤਲਬ ਇਹ ਥੋੜ੍ਹਾ ਜਿਹਾ ਪਾਸਾ ਵੱਟ ਗਿਆ ਅਤੇ ਨਹੀਂ ਤਾਂ ਸਾਡੀਆਂ ਗੱਡੀਆਂ ਨੂੰ ਭੰਨਦਾ ਹੋਇਆ ਇਹ ਟਰਾਲਾ ਜਿਹੜਾ ਸੀਗਾ ਗਾਹਾਂ ਜਾ ਕੇ ਪਲਟ ਗਿਆ। ਇਸ ਗੱਲ ਤੋਂ ਹੀ ਸਾਨੂੰ ਡਰ ਲੱਗਦਾ ਸੀ ਅਤੇ ਇਹਨੂੰ ਹੁਣ ਐਡੀ ਛੇਤੀ ਜਿਹੜਾ ਪ੍ਰਸ਼ਾਸਨ ਆ ਹਰਕਤ ਆ ਗਿਆ, ਇਹਦੇ ਵਿੱਚ ਸਾਡੀ ਬਦਨਾਮੀ ਨਾ ਹੋਵੇ, ਪਤਾ ਨਾ ਲੱਗੇ ਉਹ ਟਰਾਲਾ ਜਿਹੜਾ ਹੈਗਾ ਸਾਹਮਣੇ ਪਲਟਿਆ ਪਿਆ ਉਹਨੂੰ ਸਿੱਧਾ ਕਰਨ ਵਾਸਤੇ ਹੈਡਰਾ ਵੀ ਮਿੰਟੋ ਮਿੰਟੀ ਮੰਗਾ ਲਿਆ ਅਤੇ ਉਹ ਸਮਾਨ ਦੂਸਰਾ ਘੋੜਾ ਲਿਆਉਣ 'ਤੇ ਆ ਕੇ ਉਹਨੂੰ ਮਤਲਬ ਵੀ ਛੇਤੀ ਤੋਂ ਛੇਤੀ ਜਿਹੜਾ ਹੈਗਾ ਇਹ ਮੁੱਦਾ ਗਾਇਬ ਕੀਤਾ ਜਾਵੇ। ਪਰ ਅਸੀਂ ਇਹ ਮੰਗ ਕਰਦੇ ਹਾਂ ਅਤੇ ਸਾਡੀ ਇਹ ਮੰਗ ਹੈ ਵੀ ਕਿ ਹੁਣ ਅਸੀਂ ਇਹਨੂੰ ਟੋਲ ਪਲਾਜ਼ੇ ਨੂੰ ਬਿਲਕੁਲ ਸਾਫ਼ ਕਰਕੇ ਜਾਵਾਂਗੇ। ਉਹਨਾਂ ਚਿਰ ਜਿਹੜਾ ਇਹ ਘੋੜਾ ਪਲਟਿਆ ਵਾ ਇਹਨੂੰ ਅਸੀਂ ਹੱਥ ਨਹੀਂ ਲਾਉਣ ਦੇਣਾ ਉਹਨਾਂ ਚੱਕਰ ਕਿਸੇ ਨੂੰ ਵੀ, ਇਹ ਘੋੜਾ ਐਂ ਰਹੂਗਾ ਅਤੇ ਇਹਨੂੰ ਖੋਲ੍ਹ ਕੇ ਜਿਹੜੀਆਂ ਸਾਡੀਆਂ ਦੂਸਰੀਆਂ ਮੰਗਾਂ ਜਿਹੜੀਆਂ ਗੱਡੀਆਂ ਵਗੈਰਾ ਟੁੱਟੀਆਂ ਸਾਡਾ ਨੁਕਸਾਨ ਹੋਇਆ ਉਹਦੀ ਬਾਅਦ 'ਚ ਭਰਪਾਈ ਕਰਾਂਗੇ। ਜਿਹੜਾ ਮੁੱਖ ਮੁੱਦਾ ਗਾ ਜਿਹੜਾ ਲੋਕਾਂ ਦੀ ਮੌਤ ਦਾ ਖੌਅ ਬਣਿਆ ਖੜੀ ਹੈ, ਇਹ ਖੰਡਰ ਬਣੀ ਹੋਈ ਸ਼ੈੱਡ ਆ ਵੈਲਡਿੰਗਾ, ਇਹਨੂੰ ਹਰ ਹਾਲਤ ਹਟਾਉਣਾ, ਇਹ ਬਹਾਨੇ ਨਾ ਲਾਉਣ ਹਾਈ ਕੋਰਟਾਂ ਦੇ। ਅਸੀਂ ਪਿੱਛੇ ਵੀ ਜਿਹੜਾ ਹੈਗਾ ਢੇਬੀ ਵਾਲਾ ਸਾਫ਼ ਕਰਕੇ ਆਏ ਹਾਂ ਸੜਕ, ਉੱਥੇ ਉਸ ਤੋਂ ਬਾਅਦ ਕੋਈ ਐਕਸੀਡੈਂਟ ਨਹੀਂ ਹੋਇਆ, ਇੱਥੇ ਵਾਰ ਵਾਰ ਐਕਸੀਡੈਂਟ ਹੋ ਰਹੇ ਆ। ਇਸ ਕਰਕੇ ਅਸੀਂ ਇਹਨੂੰ
ਹਰ ਹਾਲਤ ਆ ਜਿਹੜਾ ਇਹਨੂੰ ਇੱਥੋਂ ਹਿਲਾ ਕੇ ਜਾਣਾ, ਇਹਨੂੰ ਪੱਟ ਕੇ ਜਾਣਾ, ਸੜਕ ਸਾਫ ਕਰਕੇ ਜਾਣੀ ਆ। ਇਹੋ ਜਿਹੇ ਐਕਸੀਡੈਂਟ ਆ ਜਿਹੜੇ ਉਹ ਹੋਣ ਨਹੀਂ ਦੇਣੇ। ਇਹ ਸਾਡਾ ਤਹੱਈਆ ਕੀਤਾ ਹੋਇਆ ਪੰਜਾਬ ਦੀ ਮੀਟਿੰਗ ਦੇ ਵਿੱਚ ਸਾਡਾ ਇਹ ਫੈਸਲਾ ਹੋਇਆ। ਜੇ ਸਰਕਾਰ ਨੇ ਨਾ ਸੁਣਿਆ ਤਾਂ ਸਾਨੂੰ ਦੋ ਜ਼ਿਲ੍ਹਿਆਂ ਤੋਂ ਅੱਗੇ ਦੂਸਰੇ ਜ਼ਿਲ੍ਹਿਆਂ ਨੂੰ ਵੀ ਸੱਦਾ ਭਾਵੇਂ ਨਾ ਦੇਣਾ ਪਵੇ, ਇਹ ਹਰ ਹਾਲਤ ਨੂੰ ਸਾਫ਼ ਕਰਕੇ ਜਾਵਾਂਗੇ।